ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਵਾਂ ਸ਼ਹਿਰ ਦੇ ਅਧੀਨ ਥਾਣਾ ਔੜ ਦੇ ਪਿੰਡ ਲਸਾੜਾ ਵਿਖੇ ਪਾਕਿਸਤਾਨ ਦੇ ਗੁਬਾਰੇ ਮਿਲਣ ਨਾਲ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਲੋਕਾਂ ਨੇ ਇਹਨਾਂ ਗੁਬਾਰਿਆਂ ਨੂੰ ਦੇਖਿਆ ਜਿਨ੍ਹਾਂ ਤੇ ਲਿਖਿਆ ਸੀ ਆਈ ਲਵ ਪਾਕਿਸਤਾਨ ਤੇ ਨਾਲ ਹੀ ਉਹਨਾਂ ਤੇ ਮੁਹੰਮਦ ਅਲੀ ਜਿਨ੍ਹਾਂ ਦੀ ਫੋਟੋ ਵੀ ਸੀ, ਜਿਸ ਤੋਂ ਸੰਬੰਧੀ ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਜਾਂਚ ਵਿੱਚ ਜੁਟ ਗਈ। ਇਸ ਸੰਬੰਧੀ ਸਾਂਝ ਟੀਵੀ ਦੇ ਪੱਤਰਕਾਰ ਜਤਿੰਦਰਪਾਲ ਸਿੰਘ ਕਲੇਨ ਨੇ ਜਦੋਂ ਥਾਣਾ ਔੜ ਦੇ ਮੁਖੀ ਗੌਰਵ ਤੀਨਾ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਹੈ ਕਿ ਗੁਬਾਰੇ ਗੈਸ ਵਾਲੇ ਸਨ, ਜੋ ਕਿ ਕਿਹਾ ਜਾ ਸਕਦਾ ਹੈ ਕਿ ਤੇਜ਼ ਹਵਾ ਚੱਲਣ ਨਾਲ ਇਸ ਸਾਈਡ ਆ ਗਏ ਹੋਣ। ਨਾਲ ਹੀ ਉਹਨਾਂ ਕਿਹਾ ਕਿ ਬਾਕੀ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅੱਛਾ ਸਰ, ਇੱਕ ਬੇਨਤੀ ਸੀ ਕਿ ਕੱਲ ਗੁਬਾਰੇ ਕੁਛ ਮਿਲੇ ਆ ਪਾਕਿਸਤਾਨ ਦੇ ਉੱਪਰ, ਉਹਦੇ ਬਾਰੇ ਕੀ ਸੀ, ਉਹ ਲੱਗਿਆ ਪਤਾ ਜੀ ਉਹ ਕਿੱਥੋਂ ਆਏ, ਕਿਵੇਂ ਹੋਇਆ ਜੀ? ਭਾਜੀ ਉਹ ਜਿੱਦਾਂ ਲੱਗਦਾ ਤਾਂ ਇੰਜ ਹੈ ਵੀ ਜਿੱਦਾਂ ਆਪਾਂ ਇੱਥੋਂ ਛੱਡੀ ਦੇ ਆ, ਜਿਹੜੇ ਇਹ ਗੈਸ ਵਾਲੇ ਗੁਬਾਰੇ ਹੁੰਦੇ ਆ ਇਹ 4 ਦਿਨ ਹਵਾ 'ਚ ਹੀ ਰਹਿੰਦੇ ਆ ਉੱਪਰ, 4 ਤੋਂ 5 ਦਿਨ ਬਾਅਦ ਡਿੱਗਦੇ ਆ ਥੱਲੇ, ਇਹ ਗੈਸ ਖਤਮ ਹੋ ਜਾਂਦੀ ਆ। ਇਹ ਗੈਸ ਵਾਲੇ ਸੀ ਸਰ? ਗੈਸ ਵਾਲੇ ਗੁਬਾਰੇ ਨੇ ਭਾਜੀ ਉਹ। ਇਹ ਕਲੀਅਰ ਹੋ ਗਿਆ ਕਿ ਸਰ? ਕਲੀਅਰ ਹੈ ਭਾਜੀ, ਉਹਦੇ ਵਿੱਚ ਗੈਸ ਵਾਲੇ ਗੁਬਾਰੇ ਸੀ, ਗੈਸ ਘਟ ਗਈ, ਹੁਣ ਸਿਰਫ ਜਦੋਂ ਗੈਸ ਘਟ ਜਾਂਦੀ ਆ ਵਿੱਚ ਸਿਰਫ ਇੱਕ ਹੈਵੀ ਹਵਾ ਰਹਿ ਜਾਂਦੀ ਆ। ਹਾਂ ਉਹ ਰਹਿ ਜਾਂਦੀ ਆ ਜੀ, ਹਾਂਜੀ। ਤਾਂ ਫੇਰ ਜਦੋਂ ਉਹ ਸੁੰਗੜ ਜਾਂਦੇ, ਜਦੋਂ ਬਹੁਤ ਛੋਟੇ ਛੋਟੇ ਰਹਿ ਜਾਂਦੇ, ਫਿਰ ਉਹ ਡਿੱਗ ਜਾਂਦੇ ਆ ਥੱਲੇ ਭਾਜੀ। ਅੱਛਾ, ਹੁਣ ਫਿਰ ਤੁਸੀਂ ਕੀ ਕੀਤਾ ਇਹਦੇ ਬਾਰੇ ਕੋਈ, ਜਿਵੇਂ ਤੁਹਾਨੂੰ ਮਿਲੇ ਆ ਵੀ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਤੁਸੀਂ ਇਹਦੇ ਬਾਰੇ? ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਤਾ ਭਾਜੀ। ਤੇ ਉਹ ਕੀ ਕੀਤਾ ਹੁਣ ਤੁਸੀਂ ਅੱਗੇ, ਕੀ ਅਗੇਰਲੀ ਕਾਰਵਾਈ ਕੀ ਕਰ ਰਹੇ? ਜੋ ਬਣਦੀ ਕਾਰਵਾਈ ਭਾਜੀ ਅਗਲੀ ਉਹ ਕੀਤੀ ਜਾ ਰਹੀ ਜੀ। ਇਸ ਤਰ੍ਹਾਂ ਵੀ ਹੋ ਸਕਦਾ ਹੈ ਭਈ ਜਿਵੇਂ ਲੋਕ ਮੱਥਾ ਟੇਕਣ ਜਾਂਦੇ ਉਧਰੋਂ ਲਿਆ ਕੇ ਇੱਥੇ ਬੁਲਾ ਕੇ ਛੱਡਤੇ ਹੋਣ? ਨਹੀਂ, ਇਹ ਚਾਂਸ ਘੱਟ ਨੇ ਜੀ। ਅੱਛਾ ਜੀ, ਕਿਉਂਕਿ ਵੱਡੇ ਨਹੀਂ ਸੀ ਗੁਬਾਰੇ, ਜੇ ਤਾਂ ਵੱਡੇ ਹੁੰਦੇ ਠੀਕ ਹੈ ਜੀ, ਭਰਿਓ ਹੁੰਦੇ, ਦੈਨ ਉਹ ਹੋ ਜਾਂਦਾ ਵੀ ਇਹ ਤਾਜ਼ੇ ਨੇ, ਹਨਾ, ਫਿਰ ਉਸ ਪਾਸੇ ਨੂੰ ਗੱਲ ਜਾਂਦੀ ਆ। ਇਹ ਸਾਫ਼ ਦਿਸਦੇ ਆ ਵੀ ਇਹ 4-5 ਦਿਨ ਜਾਂ 6 ਦਿਨ ਪਹਿਲਾਂ ਦੇ ਭਰਿਓ ਆ। ਬਸ ਉਹ ਤੋਂ ਉੱਡ ਕੇ ਆ ਗਏ, ਨੇੜੇ ਤਾਂ ਹੈ, ਕਿੰਨਾ ਕੁ ਦੂਰ ਆ ਪਾਕਿਸਤਾਨ ਵੀ ਭਾਜੀ? ਨਾਲੇ ਹੁਣ ਬੱਦਲ ਹਵਾ ਬਹੁਤ ਸੀਗੀ ਪਿਛਲੇ 3 ਦਿਨ ਜੇ ਆਪਾਂ ਦੇਖੀਏ, ਠੀਕ ਹੈ ਜੀ, ਬੱਦਲ ਵੀ ਆਏ ਆ, ਠੀਕ ਹੈ ਜੀ, ਹਨੇਰੀ ਵੀ ਚੱਲੀ ਆ, ਉਹਦੇ ਨਾਲ ਵੀ ਆਏ ਹੋ ਸਕਦੇ, ਦੂਰੋਂ ਤੇਜ਼ ਆ ਜਾਂਦੇ ਆ, ਹਨਾ। ਠੀਕ ਹੈ ਸਰ, ਥੈਂਕ ਯੂ ਸਰ। ਅੱਗੇ ਇੱਕ ਵਾਰ ਭਾਜੀ ਇੱਥੇ ਜਲੰਧਰ ਦੇ ਲਾਗੇ ਵੀ ਮਿਲੇ ਸੀ, ਠੀਕ ਹੈ, ਇਹ ਕਦੋਂ ਦੀ ਗੱਲ ਹੈ ਜੀ? ਇਹ ਮੇਰਾ ਖਿਆਲ ਕਾਫੀ ਦੇਰ ਦੀ ਗੱਲ ਹੈ, ਕਰਤਾਰਪੁਰ ਤੋਂ ਜਲੰਧਰ ਦੇ ਵਿਚਾਲੇ ਜਾ ਮਿਲੇ ਸੀ। ਨਵਾਂ ਸ਼ਹਿਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ। ਜੇਕਰ ਤੁਸੀਂ ਉਹ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ, ਜਿਵੇਂ ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਕੀਤਾ ਕਿਰਾਇਆ, ਪੀਆਰ ਦੀ ਸਮੱਸਿਆ, ਸੋਤਨ ਦੁਸ਼ਮਣ ਤੋਂ ਛੁਟਕਾਰੇ ਦਾ ਪੱਕਾ ਹੱਲ ਸਮਰਾਟ ਮਾਤਾ ਮੁਮਤਾਜ ਜੀ ਕੋਲੋਂ ਗਰੰਟੀ ਨਾਲ ਕਰਵਾਓ, ਪਿਆਰ ਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾਵਾਂ ਇੱਕ ਵਾਰ ਜ਼ਰੂਰ ਫੋਨ ਕਰਨ 7390906। ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।